ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਭਾਈ, ਸਤਿ ਸ੍ਰੀ ਅਕਾਲ ਜੀ, ਅੱਛਾ ਜੀ ਸੱਜਰੇ ਹੀ ਜੁੜ ਗਏ ਅੱਜ ਹੈ ਸੱਜਰੇ ਹੀ ਮੈਂ ਕਹਿੰਦਾ ਵੀ ਦਿਲ ਜੜ ਗਿਆ ਥੋੜ੍ਹਾ ਜਿਹਾ ਅੱਛਾ ਗੁਰਿੰਦਰ ਨੂੰ ਛੱਡਣ ਕਰਕੇ ਥੋੜ੍ਹਾ ਦਿਨ ਚੜ ਗਿਆ ਚੱਲ ਕੋਈ ਨਹੀਂ ਦਵਾਈ ਦੂਏ ਲਿਆਉਣੀ ਸੀ ਰੋਪੜ ਤੇ ਉਹ ਲਿਆਉਣ ਕਰਕੇ ਰਹਿ ਗਿਆ ਤਾਰ ਰਹਿ ਗਏ ਸਾਡੇ ਅੱਜ ਵੀ ਧੰਨਾ ਜੀ ਸਬਰੇ ਨਹੀਂ ਗੱਲ ਚੱਲ ਕੋਈ ਨਹੀਂ ਕਾਟੀ ਮਾਰ ਕੇ ਗਿਆ ਸਿਆੜ ਨੂੰ ਆਏ ਨੂੰ ਜਾਣਾ ਮੈਂ ਕਹਿੰਦਾ ਹੈ ਤਾਂ ਤੂੰ ਆਇਆ ਇੱਥੇ ਆਹੋ ਮੈਂ ਉਹੀ ਉਹ ਹੱਸ ਵੀ ਰਹੇ ਵਾ ਜਿਹੜੀ ਕਾਟੀ ਮਾਰੀ ਹੈ ਮੇਰੇ ਜਿਹੜੇ ਮੈਂ ਆਇਆ ਮੈਂ ਉਹਨੂੰ ਮਾਰੀ ਹੈ ਜਿਹੜੇ ਮੈਂ ਆਇਆ ਏ ਆਇਆ ਚਾਚਾ ਉਹ ਚ ਇਹਦੇ ਤਾਂ ਮੈਂ ਆਇਆ ਏ ਖੜ ਜਾ ਆਹੀ ਆਇਆ ਤੂੰ ਮੈਨੂੰ ਖੜ ਜਾ ਇੱਕ ਮਿੰਟ ਨਿਸ਼ਾਨੀ ਲੱਗ ਜਾਂਦੀ ਹੈ ਹੁਣ ਪਹਿਲਾਂ ਅਸੀਂ ਲਹਿਰ ਮਾਰੀ ਵੀ ਸਿੱਧੀ ਜਿੱਧਰ ਰੇਹ ਪਾਇਆ ਆਹ ਦੇਖ ਆਹ ਸਿੱਧੀ ਲਹਿਰ ਮਾਰੀ ਦੇਖ ਇੱਧਰ ਆਹ ਦੇਖ ਹੁਣ ਇਹਦਾ ਭੁਲੇਖਾ ਪੈਂਦਾ ਤਾ ਮੈਂ ਹੁਣ ਇੱਕ ਕਾਠੀ ਆਏ ਮਾਰਦੇ ਇਹਨੂੰ ਫੇਰ ਪਤਾ ਲੱਗਣਾ ਇਹਦਾ ਠੀਕ ਨੀ ਫਿਰਨਾ ਸਿਖਾਲਾ ਬਾਈ ਚੌੜੇ ਹੋ ਗਏ ਸਿਆੜ ਕੋਈ ਡਿੱਕਾ ਨੀ ਕੋਈ ਫੜਿੱਕਾ ਨੀ ਐ ਜਾਂਦਾ ਉੱਪਰ ਤੇ ਭਿੱਜਦਾ ਆਰਾਮ ਗੱਲ ਠੀਕ ਨੀ ਐ ਲੋਟ ਆ ਹੁਣ ਐਨ ਵਧੀਆ ਨਾਲੇ ਘੋੜਾ ਜਾ ਮਰ ਜਾਣਾ ਨਾਲੇ ਸਾਰੀ ਜਿਹੜੀ ਬਿਮਾਰੀ ਆ ਜਿਹੜੀ ਆਹ ਆਗ ਸੁੱਕਦਾ ਉੱਪਰ ਤੇ ਉਹ ਉਹਦੀ ਸਾਰੀ ਵਿੱਚੇ ਪਾਤੀਆਂ ਵਿੱਚੇ ਪਾਈ ਵੀ ਆ ਹੁਣ ਘੋੜਾ ਘਾੜਾ ਸਭ ਖਤਮ ਕਰ ਦੇਣਾ ਕੁੱਤਾ ਘੋੜਾ ਸਭ ਖਤਮ ਕਰ ਦੇਣਾ ਹੁਣ ਨਾਲੇ ਵਿੱਚ ਖੜਾਕਾ ਹੁੰਦਾ ਖੜਾਕੇ ਮੈਂ ਤੁਹਾਨੂੰ ਕੁਛ ਖੜਦਾ ਪਾ ਤਾਂ ਜੁੱਤੀ ਲਈਏ ਯਾਰ ਉੱਧਰ ਪਾਣੀ ਪੈ ਗਿਆ ਦੂਏ ਨੇ ਪਾਣੀ ਲਾਇਆ ਤਾ ਬਾਈ ਨੇ ਗੰਨੇ ਨੂੰ ਹੁਣ ਜੁੱਤੀ ਨੀ ਚੱਲਦੀ ਹੈਗੀ ਖੜਾਕਾ ਬਥੇਰਾ ਹੁੰਦਾ ਇਹਨਾਂ ਤੁਹਾਨੂੰ ਨੱਠ ਜਾਂਦਾ ਜਿਹੜਾ ਕੁਛ ਹੋਵੇ ਮੂਹਰੇ ਹੈ ਕਿ ਨਹੀਂ ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਜੀ ਬਾਕੀ ਸਪਰੇ ਲੱਗੇ ਪਏ ਜੀ ਕਰਨ ਗੰਨੇ ਪਰ ਇਹਦੇ ਬਾਈ ਘੋੜਾ ਏ ਥੋੜਾ ਜਿਹਾ ਤੇ ਆਗ ਨੂੰ ਖਤਮ ਕਰਦਾ ਗੰਨੇ ਨੂੰ ਵੀ ਫਰਕ ਪਾਉਂਦਾ ਉਹ ਹਾਈ ਜੀ ਹਗੀ ਜਾਂਦਾ ਉੱਪਰ ਹੈ ਉਰੇ ਪਹਿਲਾਂ ਸਪਰੇ ਤੇ ਕਰਤੀ ਤੀ ਨਾ ਹੀ ਆਹ ਸਪਰੇ ਆ ਜਿਹੜੀ ਪਹਿਲਾਂ ਕਰਤੀ ਤੀ ਇੱਕ ਵਾਰ ਮੈਂ ਉਹਦਾ ਫਰਕ ਪੈ ਗਿਆ ਝੱਲੀਆਂ ਥੋੜਾ ਜਿਹਾ ਜ਼ਿਆਦਾ ਏ ਉਰੇ ਠੀਕ ਆ ਉਰੇ ਆਗ ਵੀ ਥੋੜਾ ਜਿਹਾ ਹੈਗਾ ਏ ਹੈਗੀ ਆ ਹੁਣ ਜਿਉਂ ਪਾਇਆ ਕੰਮ ਤਾਂ ਬਾਈ ਸਪਰੇ ਕਰੀ ਆਪਾਂ ਨੇ ਉਹ ਬਾਅਦ ਫਿਰ ਆਪਾਂ ਨੇ ਹੁਣ ਕੱਲ ਨੂੰ ਸੰਗਰਾਂਦ ਕੱਲ ਨੂੰ ਹੈ ਇੱਕ ਘੋੜੇ ਜੇ ਦੀ ਪਾਈ ਹੈ ਕੱਲ ਨੂੰ ਸਰੀਕ ਹਾਂ ਤੇ ਕੱਲ ਨੂੰ ਅਸੂ ਚੜ ਜਾਣਾ ਤਾਂ ਹੀ ਮੈਂ ਕਹਿੰਦਾ ਕੱਲ ਦਾ ਦਿਨ ਦੇਖ ਕੇ ਫਿਰ ਪਾਣੀ ਛੱਡਦੇ ਆ ਸਿਆਣੇ ਕਹਿੰਦੇ ਜੇ ਅਸੂ ਦਲੀਆ ਲੱਜੀ ਫਿਰ ਬਹੁਤ ਮਾੜਾ ਤੁਸੀਂ ਮਹਾ ਗੰਨੇ ਨੂੰ ਅਜੇ ਚਾਰੇ ਪੰਜੇ ਕਿੱਲੇ ਨੂੰ ਗੰਨੇ ਨੂੰ ਕਰ ਦੇਣੀ ਕੱਲ ਉੱਥੇ ਵੀ ਗੱਲ ਨਹੀਂ ਪਰਸੋਂ ਹੈ ਚੱਲੀਆਂ ਹੁਣ ਚੱਲੀਆਂ ਕਰੂੰਗਾ ਸ਼ਾਮ ਨੂੰ ਆਹ ਦੋ ਕਿੱਲੇ ਨਿਕਲਣੇ ਹੁਣ ਗਰਮੀ ਹੋ ਗਈ ਮੈਂ ਦੇਖ ਲਾ ਸਾਰਾ ਬੱਦਲ ਜਾ ਚ ਆਇਓ ਲੰਘ ਗਿਆ ਹੈ ਮੈਂ ਕਿਹਾ ਬੱਦਲ ਆਇਓ ਲੰਘ ਗਿਆ ਬਚਾਓ ਹੋ ਗਿਆ ਵਧੀਆ ਭਾਈ ਇਹ ਬਾਜੇ ਪਾਸੇ ਹਵਾ ਹੀ ਬਹੁਤ ਆਈ ਹੈ ਹਾਂ ਉਹੀ ਕਹਿੰਦਾ ਬਚਾਓ ਹੋ ਗਿਆ ਆਪਣੇ ਤਾਂ ਹਾਂ ਬਾਕੀ ਕੁਝ ਆ ਗਈ ਫਿਰ ਤੇ ਉਹ ਵੀ ਕੰਮ ਕਰਤਾ ਇਹਨੇ ਇੱਕ ਹੋਰ ਆ ਨਾ ਜਿੱਦਣ ਹੁਣ ਗੁੰਮ ਸੁੰਮ ਜਾ ਰਿਹਾ ਕਹਿੰਦਾ ਪਤਾ ਕੁਛ ਨਹੀਂ ਇਹਨੇ ਫੇਰ ਆ ਜਾਣਾ ਹਾਂ ਉਹੀ ਕਹਿੰਦਾ ਮੈਂ ਬਾਰੀ ਬਦਲਣੇ ਕਰਕੇ ਕੰਮ ਖਰਾਬ ਹੋਇਆ ਸਾਡਾ ਨਹੀਂ ਅਸੀਂ ਗੰਨੇ ਨੂੰ ਬਾਅਦ ਮੈਂ ਕਹਿੰਦੀ ਧਾਨਾ ਨੂੰ ਪਹਿਲਾਂ ਕਹਿੰਦੀ ਚੱਲ ਕੋਈ ਹਾਂ ਹੁਣ ਚੱਲ ਗੰਨੇ ਨੂੰ ਕਰ ਦਿੰਦੇ ਅੱਜ ਗੰਨੇ ਦਾ ਨਿਬੇੜ ਲਓ ਠੀਕ ਨਹੀਂ ਜਿਹਦੇ ਲੱਗਿਆ ਉਹਨਾਂ ਨੂੰ ਕਰਨੀ ਚਾਹੀਦੀ ਹੈ ਸਾਡਾ ਫਰਕ ਬਹੁਤ ਪਾਉਂਦਾ ਗੰਨੇ ਨੂੰ ਆਗ ਦਾ ਖਤਮ ਹੋ ਜਾਂਦਾ ਸਾਡੇ ਪਰ ਆਗ ਖਤਮ ਹੋ ਗਿਆ ਡਬਲ ਬੰਨਣ ਮੇਰੇ ਬੰਨ ਤਾਂ ਮੈਂ ਵੀ ਮਾਰ ਦੇਣੀ ਸਪਰੇ ਤੇਰੇ ਬੱਜਣੇ 38 ਨੂੰ ਤਾਂ ਲਾਜ਼ਮੀ ਆ ਯਾਰ ਤੇਰੇ ਭਈਏ ਕਿਹਦੇ ਪੰਨ ਜਿੰਕ ਜੁੰਕ ਵਾਲਾ ਸਾਰਾ ਜਿਗਾੜ ਜਿਹਾ ਪਾਤਿਆ ਹੁਣ ਤੋਂ ਅੱਛਾ ਆਗ ਨੂੰ ਦੇਖੀ ਕਹੇ ਕਰ ਦਿੰਦੇ ਨੇ ਗੈਲੈਕਸੀ ਪਾਤੀ ਦੋ ਜੀ ਅੱਛਾ ਬੱਤ ਪਈਓ ਕੁਝ ਨਹੀਂ ਆਪਾਂ ਨੂੰ ਉਹ ਪੈ ਗਈ 600 ਰੁਪਏ ਦੀ ਕਿੱਲੇ ਦੀ ਪੈਣੀ ਹੈ ਫਿਰ ਤਾਂ ਕੋਈ ਜ਼ਿਆਦਾ 600 ਦੀ ਆਈ ਹੈ 4 ਕਿੱਲੇ ਦੀ 4
फर्क है चाचे इन बिमारी है नी फिर भी रखने ढाई किले मुंडे ते रख लेने इहदे पट्टना नहीं हैगा बाकी 95 बीज देना हां हुण लीला लग गई अपने दा 95 दी आ देख यार सारे लाग गब्बे फर्क देखी गन्ने दा लाग देखी आ लाग झोली बची हुई थी मंड चो ओ मारती फटेरा दवाई पाई हुई थी ओ धाना च मैं पाई दी हां ओ 40-45 दिन असर रखदी आ ठीक है आ लाग सिटी वे देखदा जदों ही गन्ना आगा कोई आग खराब नहीं कोई बीमारी नहीं आग है कोई खाली दो तीन दिन कोई गल कर दो पर तैयार करो दो दिन इतने बहुत बैठे लेट आ जाए नहीं चल ए एक दो दिन हो जाते उधर उधर हां जी मुंडा लिया जाके रेसा मरा चाचा तू भी मरा जा रेस बड़क मरा के गया बाकी चलो ठीक है करते भाई अल उधर भी करने शाम को झलिया 95 पर भी कर देने इतने भी थोड़ा है आओ ए मारे बाकी बापू का हौसला बहुत लगे रहना ना मेरे कई बाई ताइय कही जो आए आए हैं बापू नाले भाई फिर भी अपना भी हौसले मेरे है दो जने पता भी नहीं लगता कम का मैं कले नहीं लाता नहीं ना मैं कह देना मैं कर दूँगा कहना नहीं ना बढ़ूंगा जी लग्या रहा दो गल्ला मरी जाने ठीक है फिर अश्रीकाल जी भाई फिर दुआर तो सारे अपना हूँ सवेरे अपने भाई उधर करी है जी रौता
ਤੇ ਹੁਣ ਝੱਲੀਆਂ ਲੱਗੇ ਹੋਏ ਜੀ ਕਰਨ ਸਪਰੇ ਤੇ 95 ਆ ਇਹਦੇ ਪਰ ਵੀ ਬਾਈ ਘੋੜਾ ਕਾਫੀ ਆ ਕਾਈ ਸਪਰੇ ਇਹ ਵੀਰੇ ਘੋੜੇ ਦੀ ਆ ਘੋੜਾ ਪਤਾ ਨਹੀਂ ਬੱਕਰੀ ਆ ਦੁਖੀ ਕਰੇ ਉੜਦਾ ਆ ਗੰਨੇ ਦਾ ਆਗ ਖਤਮ ਕਰਦਾ ਯਾਰ ਉੜਦਾ ਸਤਰੀ ਗਾਲ ਜੀ ਪਹਿਲਾਂ ਪਤਾ ਨਹੀਂ ਘੋੜਾ ਪਤਾ ਨਹੀਂ ਬੱਕਰੀ ਉੜਦਾ ਉੜ ਕੇ ਦੂਏ ਪਰ ਦੂਏ ਤੇ ਦੂਏ ਪਰ ਹੁਣ ਨਾਲ ਗੈਲ ਦੀ ਗੱਲ ਪੁੱਠਾ ਹੋ ਕੇ ਗਿਰਦਾ ਗੈਲੇ ਪਿੰਡ ਗਿਰਦੀ ਪਿੰਡ ਵੀ ਮਰਦੀ ਨਾਲੇ ਆਗ ਭਰਾ ਉਹ ਕਾਲਾ ਜਿਹਾ ਆਗ ਹੁੰਦਾ ਗੰਨੇ ਦਾ ਬਹੁਤ ਵਜਨ ਨੂੰ ਵੀ ਫਰਕ ਪਾਉਂਦਾ ਇਹ ਫਿਰ ਡੰਗਰ ਨਹੀਂ ਖਾਂਦੇ ਹੋਰ ਗੱਲ ਕੁਛ ਨਹੀਂ ਹੈਗੀ ਡੰਗਰ ਨਹੀਂ ਖਾਂਦੇ ਜਿਹੜਾ ਉੱਪਰ ਤੇ ਪੋਕਾ ਸੁੱਕਦਾ ਤਾਂ ਉਹਦੀ ਪਾਈ ਵੀ ਵਿੱਚ ਉਹ ਤਾਂ 95 ਨੂੰ ਹੁਣ ਵਿੱਚੇ ਇਹਦੇ ਬਾਤੀ ਫਾਇਦਾ ਹੀ ਉਹਦਾ ਠੀਕ ਨਹੀਂ ਇੱਕ ਉਹ ਵਜਨ ਨੂੰ ਫਰਕ ਪਾਉਂਦਾ ਉਹ ਰਸ ਚੂਸਦਾ ਆਗ ਦਾ ਹੋਰ ਪਹਿਲਾਂ ਤਾਂ ਬੱਦਲ ਆ ਗਿਆ ਮਹਾਰਾਜ ਨਹੀਂ ਸਵੇਰੋ ਝੱਲੀ ਆ ਗਿਆ ਉੱਥੇ ਕਰ ਰਹਿੰਦੀ ਰਹੋ ਤਾਂ ਹੁਣ ਇੱਥੇ ਕਰ ਦਈਏ ਦਮ ਟੁੱਟਦਾ ਸਪਰੇ ਕਰਨੇ ਕੰਨੇ ਚ ਕੁਛ ਨਹੀਂ ਟੁੱਟਦਾ ਕਿੰਨਾ ਕੁ ਟੁੱਟਦਾ ਦਮ ਸੁੱਕਾ ਪਿਆ ਧਾਨਾ ਦਾ ਲੋਟ ਆ ਮੁੰਤਾ ਧਾਨਾ ਮੈਂ ਪੈਰ ਕੱਢਦਾ ਇੱਥੇ ਠੀਕ ਹੈ ਸੁੱਕੇ ਮੈਂ ਦਵਾਈ ਲਿਆ ਚੱਕ ਜਾ ਕਿਹੜੀ ਉਹ ਤਾਂ ਕਿੱਥੇ ਆਈ ਪਈ ਹੈ ਕਿੰਨੇ ਪੈਣ ਦੇ ਪੰਪ ਪਾਏ ਹੋਏ ਆ 18 ਦੋ ਦੋ ਡੱਬੇ ਪੈਣੇ ਹੋਰ ਹੈ ਦੋ ਦੋ ਡੱਬੇ ਆ ਵੀ ਪੈਣਾ ਆ ਜਾ ਵੀ ਦਵਾ ਲਈ ਸਾਹਿਬ ਵਿੱਚੇ ਉਹਦੇ ਚ ਇੱਕ ਡੱਬਾ ਪੈਣਾ ਬਸ ਇਹਦੇ ਮੈਂ ਇੱਕ ਡੱਬਾ ਪੈਣਾ ਇਹਦੇ ਚ ਪਾ ਪਹਿਲਾਂ ਅੱਛਾ ਇਹਦੇ ਚ ਪਾ ਦੇ ਆ ਸਾਰੀ ਦਵਾਈ ਚ ਪਾ ਦੇ ਸਾਰੀ ਉਹਦੇ ਨੂੰ ਪਾ ਦੇਣੀ ਇੱਕ ਡੱਬਾ ਤਾਂ ਹੀ ਹੋਣਾ ਫਿਰ ਇਹਦੇ ਚ ਪੈਣਾ ਇੱਕ ਡੱਬਾ ਕਿੱਥੇ ਹੋਣਾ ਯਾਰ ਦੇਖ ਲਈ ਤੇ ਦੇਖੀ ਜਾਊਂਗਾ ਇਹਨੇ ਦਿਨ ਵੀ ਛਿਪ ਜਾਣਾ ਫਿਰ ਦੇਖੂੰਗਾ ਵੀ ਸਾਡਾ ਮੁੱਕਦੇ ਨਹੀਂ ਇਹ ਤਾਂ ਬਸ ਇੱਕ ਡੱਬਾ ਪਿਆ ਹੋਰ ਠੀਕ ਆ ਫਿਰ ਲੈ ਪਾਦਮਾ ਪਾਣੀ ਥੋੜਾ ਜੀ ਵੱਧ ਕਰ ਦੋ ਜੀ ਬਾ ਪੂਰੇ ਹੋ ਗਏ ਲੈ ਚੱਲ ਫਤਿਹ ਆ ਕੰਮ ਆ ਖਿੱਚ ਲੈਣਾ ਕੰਮ ਵਿੱਚ ਪੈਣਾ ਹਲੇ ਦੋ ਡੱਬੇ ਦੋ ਡੱਬੇ ਪੈਣੇ ਨੇ ਆਹ ਡੱਬੇ ਦੂਗੇ ਪਾ ਦੇ ਤੈਨੂੰ ਇਹ ਪਤਾ ਵੀ ਪਾ ਜਿੱਕੜਾ ਪਾਉਂਦਾ ਹਵਾ ਜਲ ਵੀ ਪਾਸ਼ਮਾ ਪਹਿਲਾਂ ਚੱਲਦਾ ਤਾਂ ਦੱਖਣ ਹੁਣ ਮੁੜੇ ਹੀ ਪਾਸ਼ਮਾ ਕੱਲ ਨੂੰ ਗੱਲੇ ਨੂੰ ਪਾਣੀ ਛੱਡ ਦੇਣਾ ਰੱਬ ਦੇ ਰੱਖੇ ਸੁੱਖ ਜੇ ਬੱਦਲ ਬੁੱਦਲ ਨਾ ਹੋਇਆ ਅੱਜ ਚ ਲਾਈ ਦੀ ਮੋਟਰ ਵਾਕੂ ਨੇ ਬੰਦ ਕਰਾ ਸੀ ਬੱਦਲ ਜਿਹਾ ਹੋ ਗਿਆ ਸੀ ਮੈਂ ਚੱਲ ਫਿਰ ਲਾ ਗਿਆ ਸੰਗਰਾਂਦ ਤੇ ਬਾਅਦ ਲਾ ਦੂੰਗੇ ਲਾ ਗਿਆ ਇੰਨਾ ਸਫਰ ਇੱਕ ਤਾਂ ਪੰਪ ਬੰਦੇ ਹੋਣ ਲੱਗ ਗਿਆ ਤਾਂ ਮਹਾਂ ਵੀ ਕੋਈ ਕੰਮ ਹੋਣਾ ਹੈ ਇਹਦੇ ਮੈਂ ਤਾਂ ਹੀ ਘੱਟ ਘਲਵਾਈ ਦੀ ਪਹਿਲਾਂ ਮਹਾਂ ਘੱਟ ਘੋਲ ਲਾ ਜੇ ਬੰਦ ਹੋ ਗਿਆ ਇਕੱਲੇ ਨੂੰ ਕਰਨੀ ਪੈਣੀ ਫਿਰ ਤੇ ਹਨੇਰਾ ਵੀ ਹੋ ਜਾਣਾ ਤਾਂ ਹੀ ਮੈਂ ਘੱਟ ਕਿਹਾ ਤਾ ਇਹਨੂੰ ਬਾ ਹੁਣ ਗੰਨੇ ਵਿਰ ਤੇ ਵੀ ਵੇਲ ਹੈ ਇਹਦੇ ਬਾਅਦ ਬਸ ਵੇਲੇ ਹੀ ਬੰਨ ਹੋ ਗਿਆ ਸਾਰਾ ਬੰਨਾ ਵੀ ਬੰਨ ਹੋ ਗਿਆ ਇੱਕ ਮੰਡ ਵਾਲੀ ਜੀਰੀ ਰਹਿ ਗਈ ਸਪਰੇ ਕਰਨੇ ਨੂੰ ਸਪਰੇਆ ਤੇ ਵਿਹਲੇ ਆ ਫਿਰ ਪਰਸੋਂ ਨੂੰ ਕਰ ਦੇਣੀ ਇਹਦੇ ਫਿਰ ਵੀ ਹਾਂ ਪਰਸੋਂ ਨੂੰ ਕਰ ਦੇਣੀ ਇਹਦੇ ਫਿਰ ਵੀ ਪਾ ਦੇ ਵੀ ਫਟਾਫਟ ਲਿਕ ਪੰਪ 'ਚ ਪਾਇਆ ਇਹਨੂੰ ਲਿਆ ਦੋ ਪੰਪਾਂ ਨਾਲ ਨਿਬੜਦਾ ਬਹੁਤ ਛੇਤੀ ਆ ਥੱਲੇ ਦੀ ਵਾਧਾ ਵੀ ਬਹੁਤ ਆ ਘੋੜੇ ਜੇ ਦਾ ਯਾਰ ਉਹਦਾ ਹੈ ਵਾਧਾ ਵੀ ਬਹੁਤ ਆ ਘੋੜੇ ਜੇ ਦਾ ਵਾਧਾ ਦਾ ਬਾਈ ਹੀਰ ਆ ਹੁਣ ਜਿਹੜੀ ਮਹਾਰਾਜ ਨੇ ਸਿਰ ਸਭ ਪਰਨਾ ਲੋਟ ਨਹੀਂ ਆਉਂਦਾ ਮੇਰਾ ਕਿਹਾ ਤਾਂ ਹੈਗਾ ਤਾਂ ਰਮਾਲ ਲੈ ਕੇ ਚੱਲ ਤੂੰ ਕਿਹੜਾ ਰਮਾਲ ਚੱਕੇ ਹਰ ਜਾ ਹੁਣ ਜੱਟਾਂ ਵਾਲਾ ਹੀ ਬੰਨਣ ਦੇ ਤੈਨੂੰ ਪਹਿਲਾਂ ਕੀ ਅਸਲੀ ਜੱਟਾਂ ਵਾਲਾ ਛੜਾ ਅਸਲੀ ਜੱਟਾਂ ਵਾਲਾ ਹੁੰਦਾ ਉਹ ਆ ਹਾਏ ਜ਼ਿਮੀਂਦਾਰ ਵਾਲਾ ਇਹ ਉਹ ਆ ਹਾਏ ਸਮਝਿਆ ਜਿਹੜਾ ਮਰਜ਼ੀ ਬੰਨੀ ਜਾਂ ਮੂੰਹ 'ਚ ਦਵਾਈ ਹੁਣ ਰਮਾਲ ਲੈ ਕੇ ਆਇਆ ਮੈਂ ਹੁਣ ਮੈਂ ਸਵੇਰੇ ਨਾਲੇ ਕੰਮ ਸਾਰ ਕਿਹਾ ਨਹੀਂ ਤਾਂ ਸਵੇਰੇ ਵੀ ਰਮਾਲ ਲੈ ਲਈ ਭਾਈ ਆਪਣਾ ਇਹ ਲੈ ਆਹ ਬਣ ਗਿਆ ਹੁਣ ਅਸਲੀ ਕੰਮ ਪਿੰਡਾਂ ਹੈਗੀਆਂ ਸੀ ਵਿੱਚ ਹੈਗੀਆਂ ਨਾ ਪਿੰਡੀ ਜਗ੍ਹਾ ਨੂੰ ਸਭ ਭਰਦੇ ਆ ਪਿੰਡਾਂ ਹੈਗੀਆਂ ਵਿੱਚ ਉਹ ਪਿੰਡਾਂ ਦੇਖੀਆਂ ਪਿੰਡ ਮੈਂ ਜ਼ਹਿਰ ਵੀ ਬਹੁਤ ਆ ਹੁਣ ਪਾਣੀ ਘੱਟ ਜਾਣਾ ਉਹ ਨਹੀਂ ਘੱਟਦਾ ਕਿੱਥੇ ਘੱਟ ਦੂਗਾ ਪਾਣੀ ਯਾਰ ਅਚਾਰ ਤਾਂ ਭਰ ਗਏ ਪੰਪ ਕਹਿ ਰਹੇ ਗੇ ਹਾਂ ਚਾਰ ਭਰ ਗਏ ਹੈ ਚਾਰ ਭਰ ਗਏ ਪਿੱਛੇ 14 14 ਰਹਿ ਗਏ 14 ਹੀ ਰਹਿ ਗਏ ਇਹਦੇ ਸਾਰੇ ਇਹਦੇ ਬਗੈਰ ਇਹਦੇ ਬਗੈਰ 14 ਰਹਿ ਗਏ ਬਸ ਆ ਜਿਹੜਾ ਬਹੁਤ ਹੈ ਵਾਧੂਗਾ ਵਾਧੂ ਗੰਨਾ ਬਹੁਤ ਵਧੀਆ ਬਾਈ ਹਲੇ ਫਿਲਹਾਲ ਸਾਰਾ ਹੀ ਉਹ ਵੀ ਬੰਨਾ ਵਧੀਆ ਖੜਾ ਆਪਣਾ ਬਾਕੀ ਹੁਣ ਕੰਡਾ ਦੱਸੂਗਾ ਮਿਲਵਾਂ ਜਾ ਕੇ ਵੀ ਕਿਆ ਕੁਛ ਆ ਕਿਆ ਨਿਕਾਲ ਦਿੰਦਾ
बाकी जे ऐतकी खड़े रह गए फिर सड़ते गन्ने वधिया खड़े आ वजन दे जूंगे जीरियां भी सोहणियां खड़ियां ठीक है मन तां इहदा महा रहि नहीं स्प्रे जिहड़े हिसाब नाल बदल आया तां महा रह गई अज पर लग गया 3 बजे पूरा बदल था हवा भी आई नाल मोटर चलती चलती बंद कराती बापू ने अज भाई गन्ना है वह जो ही है 38 बार गई इधर आगे ज्यादा गन्ने पर है ना क्या कहना आग ज्यादा गन्ने पर आग ज्यादा काग हरा इधर बाकी मैं चाड़ता मैं आए लगता भी 38 के मुकाबले च होगा है भाई इन्ना के होना है ना भी आए नहीं बदू भाई थोड़ा तकड़ा बहुत लगता है आग ज्यादा बस बाकी लग जू पता और चल दसूगा फिर कंडे दसना हूं हाँ चल आया भी कोई आग उग नहीं सुकता है बहुता जिथे भी हैगा माड़ा मोटा घोड़ी जी करके ही है नहीं 38 का थले उपर त्याग खत्म हो जाता है मेरा स्टार्ट करी बस थोड़ा जहा पत्थरा मैं तेल चुका ला तेल चुका तेल चुका हवा कम खड़ जाता।